ਕਰਾਇਆ। 7-4 ਮਹੀਨੇ ਦਿੱਲੀ ਬਾਰਡਰ ਲੱਗੇ ਹੋਏ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ, ਪਰ 4 ਮਹੀਨੇ ਹੋ ਗਏ, 4 ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਈ, ਪਰ ਕਿਸਾਨ ਵੀ ਡਟੇ ਹੋਏ ਨੇ। ਅੱਜ 4 ਮਹੀਨੇ ਬਾਅਦ ਦਾ ਕਿਸਾਨਾਂ ਵੱਲੋਂ ਜਿਹੜਾ ਬੰਦਾ ਕੀਤਾ, ਆਹਵਾਨ ਕੀਤਾ, ਉਹਦੇ ਬੰਦੇ ਨੇ ਜਦੋਂ ਤਸਵੀਰਾਂ ਦਿਖਾਉਂਦੇ ਆ ਕਿ ਮੋਹਾਲੀ ਬੱਚੇ ਹੋਣ, ਬਜ਼ੁਰਗ ਹੋਣ ਜਾਂ ਨੌਜਵਾਨ ਹੋਣ, ਹਰ ਕੋਈ ਆਪਣੀ ਜਿਹੜੀ ਆ ਸਹੂਲੀਅਤ ਕਰ ਰਿਹਾ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਪੂਰੇ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ, ਛੋਟੇ ਛੋਟੇ ਬੱਚੇ ਜਿਹੜੇ ਨੇ ਟਰੈਕਟਰ ਆਪਣੇ ਆਪਣੇ ਜਿਹੜੇ ਲੈ ਕੇ ਆ ਰਹੇ, ਆਪਣੇ ਬੈਗ ਲੈ ਕੇ ਚੱਕੀ ਫਿਰਦਾ, ਹਰ ਕੋਈ ਮਕਸਦ ਇੱਕ ਹੀ ਆ ਕਿ ਕਿਸਾਨਾਂ ਦਾ ਜਿਹੜਾ ਸਮਰਥਨ ਕੀਤਾ ਜਾ ਸਕੇ। ਉਹਨਾਂ ਦਾ ਬੱਚਾ ਸਵੇਰ ਤੋਂ ਹੀ ਜਿਹੜਾ ਡਟਿਆ ਹੋਇਆ ਹੈ ਟਰੈਕਟਰ ਲੈ ਕੇ, ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਆਪਣਾ ਛੋਟਾ ਟਰੈਕਟਰ ਲੈ ਕੇ ਆਇਆ। ਮਕਸਦ ਇਹੀ ਆ ਕਿ ਕਿਸਾਨਾਂ ਦਾ ਜਿਹੜਾ ਸਮਰਥਨ ਕਰੇ। ਬੇਟਾ ਕਿਉਂ ਆਏ ਹੋ ਤੁਸੀਂ ਇੱਥੇ, ਕਿਉਂ ਆਏ ਹੋ ਤੁਹਾਨੂੰ, ਕਿਉਂ ਆਇਆ ਤੁਹਾਨੂੰ ਦੇ ਵਿੱਚ ਮੋਦੀ ਦੇ ਖਿਲਾਫ ਗੀਤ ਗਾ ਰਹੇ ਹੋ? ਅੱਛਾ ਗੀਤ ਸੁਣਾ ਦੇ ਤੁਸੀਂ। ਛੋਟਾ ਜਿਹਾ ਬੱਚਾ ਦੇਖੋ, ਇਹਨੇ ਪੂਰਾ ਜਿਹੜਾ ਕਿਸਾਨੀ ਜਿਹੜਾ ਲੜਿਆ ਹੋਇਆ, ਤੇ ਸਵੇਰ ਤੋਂ ਜਿਹੜਾ ਇੱਥੇ ਧਰਨੇ ਦੇ ਵਿੱਚ ਆਪਣੇ ਮਾਂ ਬਾਪ ਦਾ ਆਪਣਾ ਅਲੱਗ ਤੋਂ ਡਟਿਆ ਹੋਇਆ, ਇਸ ਗੱਲਬਾਤ ਦੇ ਨਾਲ ਸਾਡੇ ਦੇਖੋ ਜਿੰਨਾ ਸਮਾਂ ਲੰਘ ਰਿਹਾ ਇਹ ਆਉਂਦਾ ਕਿਸਾਨ ਮੋਰਚਾ ਜਿਵੇਂ ਕਹਿੰਦੇ ਨਾ, ਜਿੰਨੀ ਰਾਤ ਜਿਹੜੀ ਹੈਗੀ ਹੈ ਕਾਲੀ ਹੋਈ ਜਾਂਦੀ ਹੈ, ਉਸ ਤੋਂ ਬਾਅਦ ਜਦੋਂ ਸਵੇਰ ਚੜ੍ਹਦੀ ਹੈ, ਜਦੋਂ ਸੂਰਜ ਚੜ੍ਹਦਾ, ਉਸ ਸਮੇਂ ਚਾਨਣੇ ਚਾਨਣ ਹੋ ਜਾਂਦਾ। ਸਾਡਾ ਜਿਹੜਾ ਮੋਰਚਾ ਹੈ 4 ਮਹੀਨੇ ਹੋ ਗਏ ਨੇ, ਪਰ ਅੱਜ ਵੀ ਪਹਿਲੇ ਦਿਨ ਵਾਂਗ ਚੜ੍ਹਦੀ ਕਲਾ ਦੇ ਵਿੱਚ ਹੈ। ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਕਿਉਂਕਿ ਇਹ ਸਿੱਖ ਫਲਸਫੇ ਦੇ ਅਨੁਸਾਰ, ਗੁਰੂ ਸਾਹਿਬ ਦੇ ਕਹੇ ਦੇ ਅਨੁਸਾਰ ਕਿ ਜੇ ਜ਼ੁਲਮ ਕਿਸੇ 'ਤੇ ਕਰਨਾ ਨਹੀਂ ਤਾਂ ਜ਼ੁਲਮ ਸਹਿਣਾ ਵੀ ਨਹੀਂ। ਇਹ ਪੰਜਾਬ ਦੀ ਪਿਰਤ ਹੈ, ਪੰਜਾਬ ਆਪਣੀ ਪਿਰਤ ਦੇ ਹਿਸਾਬ ਦੇ ਨਾਲ, ਆਪਣੇ ਅੱਜ ਦੇ ਇਤਿਹਾਸ ਦੇ ਨਾਲ, ਮੋਦੀ ਦੀਆਂ ਕਾਲੀਆਂ ਕਰਤੂਤਾਂ ਦੇ ਖਿਲਾਫ਼, ਮੋਦੀ ਦੇ ਕਾਲੇ ਕਾਨੂੰਨਾਂ ਦੇ ਵਿਰੁੱਧ ਡਟ ਕੇ ਖੜਾ, ਪੂਰਨ ਤੌਰ 'ਤੇ ਚੜ੍ਹਦੀ ਕਲਾ ਦੇ ਵਿੱਚ ਇਹ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਸਿੱਧਾ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਪੂਰਨ ਭਾਰ ਬੰਦ ਦਾ ਦਿੱਤਾ ਗਿਆ। ਇਸ ਭਾਰ ਬੰਦ ਦੇ ਦੌਰਾਨ ਜਿੱਥੇ ਇੱਕ ਪਾਸੇ ਮੋਦੀ ਸਰਕਾਰ ਨੂੰ ਅੱਜ ਦੇ ਇਸ ਜਿਹੜਾ ਐਕਸ਼ਨ ਹੋ ਰਿਹਾ ਸਰਕਾਰ ਜਿਹੜਾ ਕਿਸਾਨਾਂ ਦਾ, ਉਹ ਐਕਸ਼ਨ ਤੋਂ ਬਾਅਦ ਮੋਦੀ ਸਰਕਾਰ ਫਿਰ ਬੈਕ ਫੁੱਟ 'ਤੇ ਆ ਜੂਗੀ, ਉਹਨਾਂ ਨੂੰ ਕਿਸਾਨਾਂ ਦੇ ਨਾਲ ਗੱਲ ਕਰਨੀ ਲਾਜ਼ਮੀ ਹੋ ਜਾਣੀ ਹੈ। ਉਹ ਇਸ ਲਈ ਲਾਜ਼ਮੀ ਹੋ ਜਾਣੀ ਹੈ ਕਿਉਂਕਿ ਜੇ ਸਰਕਾਰ ਕੋਰੋਨਾ ਦਾ ਰੌਲਾ ਪਾ ਕੇ, ਕੇਂਦਰ ਸਰਕਾਰ ਦੀ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਕੇਂਦਰ ਸਰਕਾਰ ਦੀ ਗੱਲ ਕਰੀਏ, ਕੋਰੋਨਾ ਦਾ ਰੌਲਾ ਪਾਉਂਦੀ ਹੈ, ਕੋਰੋਨਾ ਹੈ ਕਿਤੇ ਨਹੀਂ। ਇਹ ਕਿਸਾਨ ਮੋਰਚੇ ਨੂੰ ਡਰਾਉਣ ਵਾਸਤੇ, ਉੱਥੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਸਤੇ ਇਹ ਸਾਰੀਆਂ ਜਿਹੜੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਫੈਲਾਏ ਜਾ ਰਹੀਆਂ ਨੇ। ਅਤੇ ਇਹਦੇ 'ਚ ਇੱਕ ਪੱਖ ਹੋਰ ਵੀ ਹੈ, ਉਹ ਇੱਕ ਪੱਖ ਹੋਰ ਹੈ ਕਿ ਭਾਰਤ ਸਰਕਾਰ ਨੇ ਆਪਣੇ ਵੱਲੋਂ ਇੱਕ ਵੈਕਸੀਨ ਬਣਾਈ ਹੋਈ ਹੈਗੀ ਹੈ ਕਰੋਨਾ ਵੈਕਸੀਨ, ਉਹ ਉਹਨਾਂ ਦੀ ਵਿਕਦੀ ਨਹੀਂ ਪਈ, ਜਿਹੜੇ ਕੋਈ ਪਹਿਲਾਂ ਤਾਂ ਕੋਈ ਲਵਾਉਂਦਾ ਨਹੀਂ, ਜੇ ਕੋਈ ਲਵਾਉਣ ਲੱਗ ਜਾਂਦਾ ਉਹਦੇ ਸਾਈਡ ਇਫੈਕਟ ਬਹੁਤ ਹੈਗੇ ਨੇ। ਇਸ ਲਈ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਨ ਲਈ ਵੀ ਕੀਤਾ ਗਿਆ, ਪਰ ਕਿਸਾਨ ਚੜ੍ਹਦੀ ਕਲਾ 'ਚ ਨੇ, ਕਿਸਾਨ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ। ਅੱਜ ਪੰਜਾਬ ਦੀ ਗੱਲ ਕਰੀਏ, ਪੂਰੇ ਭਾਰਤ ਦੇ ਵਿੱਚ ਜਿਹੜਾ ਬੰਦ ਦਾ ਸੱਦਾ ਹੈਗਾ ਪੂਰਨ ਤੌਰ 'ਤੇ ਕਾਮਯਾਬ ਹੈ। ਹਰ ਇੱਕ ਜਿਹੜਾ ਬਾਸ਼ਿੰਦਾ, ਕਦੇ ਕਿਸਾਨਾਂ ਦੀ ਗੱਲ ਨਾ ਕਰੀਏ, ਇਸ ਦੇ ਵਿੱਚ ਮੁਲਾਜ਼ਮ ਜਮਹੂਰੀ ਜਿਹੜੀ ਹੈ, ਟ੍ਰੇਡ ਯੂਨੀਅਨ ਹੈਗੀਆਂ ਨੇ, ਉਹ ਸਾਰੀਆਂ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ। ਦੋ ਸ਼ਬਦ ਪਿੱਛੇ ਜੀ ਮੈਂ ਇਸੇ ਸੰਘਰਸ਼ ਨੂੰ ਸਮਰਪਿਤ ਕੁਝ ਲਾਈਨਾਂ ਪੇਸ਼ ਕਰ ਜਾ ਰਿਹਾ ਕਿ ਡਟ ਕੇ ਖੜ ਗਏ ਹਾਂ ਅਸੀਂ ਜਾਨਾ ਵਾਰ ਨੂੰ ਜਿੱਤਣ ਲਈ ਆਏ ਜਿੱਤਣ ਲਈ ਆਏ ਹਾਂ ਤੁਰੇ ਨਹੀਂ ਸੀ ਹਾਰਨ ਨੂੰ ਕਾਲੇ ਕਾਨੂੰਨਾਂ ਨੂੰ ਖੇਤੀ ਮਾਰੂ ਕਾਨੂੰਨਾਂ ਨੂੰ
ਅਸੀਂ ਰੱਦ ਕਰਵਾਵਾਂਗੇ ਅਸੀਂ ਰੱਦ ਕਰਵਾਵਾਂਗੇ ਆ ਹੋਸ਼ ਵਿੱਚ ਸਰਕਾਰ ਅਸੀਂ ਹੱਕ ਲੈ ਕੇ ਜਾਵਾਂਗੇ ਆ ਹੋਸ਼ ਵਿੱਚ ਸਰਕਾਰ ਅਸੀਂ ਹੱਕ ਲੈ ਕੇ ਜਾਵਾਂਗੇ ਕਿਸਾਨ ਮੋਰਚਾ ਜ਼ਿੰਦਾਬਾਦ ਗੱਲਬਾਤ ਦੀ ਰੁਕੀ ਆ ਤਿਆਰ ਨਜ਼ਰ ਆਊਗੀ ਪਰ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪੂਰੇ ਪ੍ਰਬੰਧ ਕੀਤੇ ਨੇ ਕਿਉਂਕਿ ਏਅਰਪੋਰਟ ਰੋਡ ਆ ਬਹੁਤ ਲੋਕਾਂ ਨੇ ਜਿਹੜਾ ਫਲੈਟ ਵੀ ਲੈਣੀ ਆ ਉਹਨਾਂ ਨੂੰ ਇੱਥੇ ਦੇਖ ਕੇ ਜਿਹੜਾ ਪਾਸ ਵੀ ਦਿੱਤਾ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜੇ ਕਿਸੇ ਨੇ ਏਅਰਪੋਰਟ ਆ ਉਹਨੂੰ ਨਿਕਲਣਾ ਉਹਨਾਂ ਲਈ ਰਸਤਾ ਵੀ ਜਿਹੜਾ ਰੱਖਿਆ ਮਕਸਦ ਇਹੀ ਆ ਕਿ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਸ਼ਾਂਤੀਪੂਰਵਕ ਲੱਗੇ ਕੇਂਦਰ ਸਰਕਾਰ ਤੇ ਅੱਜ ਦਾ ਜਿਹੜਾ ਦੁਬਾਰਾ ਸਵੇਰੇ 6 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ ਜਿਹੜਾ ਇਸ ਤਰ੍ਹਾਂ ਧਰਨਾ ਪ੍ਰਦਰਸ਼ਨ ਦੇ ਅੱਜ ਜਗ੍ਹਾ ਜਗ੍ਹਾ ਸਭ ਦੇਖਣ ਨੂੰ ਮਿਲਣੇ ਨੇ ਮਕਸਦ ਦੇਖਿਆ ਕਿ ਕਾਰਜ ਕਰਾਉਣੇ ਤੇ 4 ਮਹੀਨੇ ਤੋਂ ਕਿਸਾਨ ਸਾਡੇ ਬੈਠੇ ਹੁੰਦੇ ਉਹ ਜਿਹੜੇ ਡਟੇ ਹੋਏ ਕਿਸਾਨਾਂ ਦਾ ਜਿਹੜਾ ਉਹਨਾਂ ਦਾ ਹੌਸਲਾ ਵਧਾਉਣ ਲਈ ਅੱਜ ਭਾਰਤ ਬੰਦ ਦਾ ਜਿਹੜਾ ਕੀਤਾ ਗਿਆ ਸੀ ਤੇ ਪਰ ਜਿਸ ਤਰ੍ਹਾਂ ਹੁਣ ਕਿਸਾਨਾਂ ਦਾ ਜਿਹੜਾ ਏਕਾ ਦਿਖ ਰਿਹਾ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੋਂ ਦੁਬਾਰਾ ਕੈਮਰਾਮੈਨ ਦੇ ਨਾਲ